ਕੋਰੋਨਾ ਵਾਇਰਸ ਦਾ ਡਰ ਹਰ ਵਿਅਕਤੀ ਦੇ ਅੰਦਰ ਬਣਿਆ ਹੋਇਆ ਹੈ। ਦਿੱਲੀ ਵਿੱਚ ਕੋਰੋਨਾ ਵਾਇਰਸ ਆਉਣ ਤੋਂ ਬਾਅਦ ਪੰਜਾਬ ਦੇ ਲੋਕ ਹੋਰ ਵੀ ਡਰ ਗਏ ਹਨ। ਪੰਜਾਬ ਵਿੱਚ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਪੁਖਤਾ ਇੰਤਜ਼ਾਮ ਕਰਨ ਦੇ ਲਈ ਹਾਈ ਅਲਰਟ ਜਾਰੀ ਕੀਤੇ ਗਏ ਹਨ। ਜੇਕਰ ਗੱਲ ਕੀਤੀ ਜਾਵੇ ਬਠਿੰਡਾ ਦੀ ਤਾਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਹੁਣ ਤੱਕ ਫਿਲਹਾਲ ਕੋਈ ਵੀ ਮਰੀਜ਼ ਕੋਰੋਨਾ ਵਾਇਰਸ ਨਾਲ ਪੀੜਤ ਨਹੀਂ ਪਾਇਆ ਗਿਆ, ਪਰ ਫਿਰ ਵੀ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਡਾਕਟਰ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਹਰ ਏਅਰਪੋਰਟ ਤੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਠਿੰਡਾ ਵਿਭਾਗ ਵੀ ਪੂਰੀ ਤਰ੍ਹਾਂ ਅਲਰਟ ਹੈ। ਦੇਖੋ ਕੋਰੋਨਾ ਦੇ ਸਿੰਪਟਮ ਹੈ, ਸਿੰਪਲ ਹੈ, ਇਹਦੇ ਸਿੰਪਲ ਵਾਇਰਲ ਫੀਵਰ ਹੈ, ਇੱਕ ਤਾਂ ਜਿਵੇਂ ਕਹਿ ਸਕਦੇ ਹੋ ਵੀ ਤਾਂ ਜ਼ੁਕਾਮ ਹੈ, ਖਾਂਸੀ ਹੈ, ਥੋੜ੍ਹਾ ਹਾਈ ਗ੍ਰੇਡ ਫੀਵਰ ਹੈ, ਮੈਂ ਬੁਖਾਰ 102 103 ਡਿਗਰੀ ਤੱਕ ਬੁਖਾਰ ਜਾ ਵੜਦਾ ਹੈਗਾ, ਉਹਦਾ ਮੇਨਲੀ ਬੇਸਿਕਲੀ ਦੂਸਰਾ ਹੈਗਾ ਇੱਕ ਸਾਹ ਲੈਣ 'ਚ ਸਮੱਸਿਆ, ਇਹਨੂੰ ਸਾਹ ਦੀ ਖਿਚਾਵਟ ਜਾਂ ਸਾਹ ਦੀ ਰੁਕਾਵਟ ਕਹਿ ਸਕਦੇ ਹੋ। ਮੇਨਲੀ ਬੇਸਿਕਲੀ ਆਹੀ ਜਿਹੜੇ ਨੇ 4-5 ਲੱਛਣ ਨੇ ਕੋਰੋਨਾ ਵਾਇਰਸ ਦੇ ਜਿਹੜੇ ਜ਼ਿਆਦਾ ਨੇ। ਆਪਣੇ ਵੱਲੋਂ ਆਈਸੋਲੇਸ਼ਨ ਵਾਰਡ ਵਗੈਰਾ ਜਿਹੜਾ ਹੈ ਉਹ ਬਣ ਗਿਆ ਹੈ ਅਤੇ ਟਾਈਮਲੀ ਆਪਾਂ ਨੂੰ ਜਿਹੜੀ ਹੈਗੀ ਆ ਹੈਲਥ ਗਾਈਡਲਾਈਨਸ ਵਗੈਰਾ ਹੈਗੀਆਂ ਜੋ ਵੀ ਆਪਣਾ ਡਿਪਾਰਟਮੈਂਟ ਦੀਆਂ ਉਹ ਆਪਾਂ ਨੂੰ ਰੂਟੀਨ 'ਚ ਫੋਲੋਅਪ ਵਾਸਤੇ ਆ ਰਹੀਆਂ ਨੇ। ਬਾਕੀ ਜਿਹੜਾ ਵੀ ਆਪਣੇ ਸਟਾਫ ਤੋਂ ਬਾਕੀ ਸਾਰਾ ਮਾਸਕ ਵਗੈਰਾ ਪ੍ਰੋਵਾਈਡ ਹੋ ਗਏ ਨਹੀਂ ਹਲੇ ਤੱਕ ਕੋਈ। ਸੱਤੇ ਲਮਾਂ ਦੇ ਮਾਹਿਰ ਰੋਹਿਤ ਜੋਸ਼ੀ, ਫੀਸ ਨਹੀਂ ਇਨਾਮ ਲਵਾਂਗਾ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਮਨਚਾਹਾ ਪਿਆਰ, ਪਤੀ ਪਤਨੀ ਵਿੱਚ ਅਣਬਣ, ਬਿਮਾਰੀ ਵਿੱਚ ਦਵਾਈ ਦਾ ਨਾ ਲੱਗਣਾ, ਵਸ਼ੀਕਰਨ ਕਰਵਾਉਣਾ ਜਾਂ ਤੜਵਾਉਣਾ, ਕਾਲੇ ਜਾਦੂ ਦਾ ਖਾਤਮਾ, ਜਿਸ ਨੂੰ ਚਾਹੋ ਉਸ ਨੂੰ ਆਪਣੇ ਵਸ਼ ਵਿੱਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ। ਪਿਆਰ ਵਿੱਚ ਧੋਖਾ ਖਾਧੇ ਹੋਏ ਪ੍ਰੇਮੀ ਪ੍ਰੇਮਿਕਾ ਸੌਤੋਂ ਦੁਸ਼ਮਣ ਤੋਂ ਛੁਟਕਾਰਾ ਪਾਉਣ ਲਈ ਸੰਪਰਕ ਕਰੋ, ਨੰਬਰ 9999682600।